ਵੱਡਾ ਹਾਦਸਾ ਵਾਪਰਿਆ ਹੈ ਗੈਸ ਸਿਲੰਡਰ ਫਟਣ ਦੇ ਕਾਰਨ 6 ਲੋਕਾਂ ਦੀ ਮੌਤ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਗੈਸ ਸਿਲੰਡਰ ਧਮਾਕੇ ਦੇ ਕਾਰਨ ਘਰ ਟੈ ਗਿਆ ਜਿਸ ਦੇ ਕਾਰਨ 6 ਲੋਕਾਂ ਦੀ ਮੌਤ ਹੋਈ ਹੈ ਘਰ ਦੇ ਵਿੱਚ ਗੈਸ ਸਿਲੰਡਰ ਦਾ ਧਮਾਕਾ ਹੁੰਦਾ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਚੀਕ ਚਖਾਲਾ ਮੱਚ ਜਾਂਦਾ ਲੋਕ ਘਰਾਂ ਤੋਂ ਬਾਹਰ ਆ ਜਾਂਦੇ ਨੇ ਜਿਸ ਘਰ ਦੇ ਵਿੱਚ ਧਮਾਕਾ ਹੁੰਦਾ ਉਸ ਦੇ ਆਸ-ਪਾਸੇ ਦੇ ਘਰਾਂ ਤੱਕ ਜੋ ਧਮਾਕੇ ਦੀ ਗੂੰਜ ਹੈ ਉਹ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਡਰ ਦਾ ਸਹਿਮ ਦਾ ਜੋ ਮਾਹੌਲ ਹੈ ਉਹ ਬਣ ਜਾਂਦਾ ਤਾਂ ਤਸਵੀਰਾਂ ਵੀ ਮੌਕੇ ਦੀਆਂ ਸਾਹਮਣੇ ਆਈਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਗੈਸ ਸਿਲੰਡਰ ਧਮਾਕੇ ਦੇ ਕਾਰਨ ਜੋ ਘਰ ਹੈ ਉਹ ਪੂਰੀ ਤਰ੍ਹਾਂ ਢਹਿ ਗਿਆ ਔਰ 6 ਲੋਕਾਂ ਦੀ ਦੱਸੀ ਜਾ ਰਹੀ ਹੈ ਕਿ ਮੌਤ ਹੋਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਯੂਪੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਬੁਲੰਦ ਸ਼ਹਿਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਸਿਲੰਡਰ ਬਲਾਸਟ ਹੋਇਆ ਜਿਸ ਦੇ ਕਾਰਨ 6 ਲੋਕਾਂ ਦੀ ਮੌਤ ਹੋਈ ਹੈ ਮਕਾਨ ਦੀ ਜੋ ਛੱਤ ਹੈ ਉਹ ਡਿੱਗ ਗਈ ਹੈ ਮਕਾਨ ਪੂਰੀ ਤਰ੍ਹਾਂ ਜੋ ਹੈ ਢਹਿ ਗਿਆ ਜਿਸ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਇਲਾਕੇ ਦੇ ਵਿੱਚ ਹਫੜਾ ਦਫੜੀ ਮਚੀ ਹੋਈ ਹੈ ਜਿਵੇਂ ਹੀ ਘਰ 'ਚ ਧਮਾਕਾ ਹੁੰਦਾ ਹੈ ਲੋਕ ਗਲੀ ਦੇ ਵਿੱਚ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਨੇ ਤੁਰੰਤ ਹੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਰਾਹਤ ਟੀਮਾਂ ਜੋ ਨੇ ਉਹ ਪਹੁੰਚਦੀਆਂ ਨੇ ਅਤੇ ਉਹਨਾਂ ਦੇ ਵੱਲੋਂ ਜੋ ਹੈ ਰੈਸਕਿਊ ਆਪਰੇਸ਼ਨ ਵੀ ਇੱਕ ਚਲਾਇਆ ਜਾਂਦਾ ਪਰ ਉਸ ਦੇ ਵਿਚਾਲੇ ਪਤਾ ਲੱਗਦਾ ਹੈ ਕਿ 6 ਲੋਕਾਂ ਦੀ ਇਸ ਹਾਦਸੇ ਦੇ ਵਿਚਾਲੇ ਮੌਤ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵੱਲੋਂ ਵੀ ਇਸ ਘਟਨਾ ਦਾ ਜਾਇਜ਼ਾ ਲਿਆ ਗਿਆ ਰੋਜ਼ਾਂ ਦੇ ਵੱਲੋਂ ਤਤਕਾਲ ਹੀ ਰਾਹਤ ਪਹੁੰਚਾਉਣ ਦੇ ਜੋ ਹੁਕਮ ਨੇ ਉਹ ਵੀ ਜਾਰੀ ਕਰ ਦਿੱਤੇ ਗਏ ਨੇ ਤਾਂ ਵੱਡੀ ਖਬਰ ਯੂਪੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬੁਲੰਦ ਸ਼ਹਿਰ 'ਚ ਇੱਕ ਘਰ 'ਚ ਗੈਸ ਸਿਲੰਡਰ ਦਾ ਧਮਾਕਾ ਹੁੰਦਾ ਜਿਸ ਦੇ ਕਾਰਨ 6 ਲੋਕਾਂ ਦੀ ਮੌਤ ਹੋਈ ਹੈ ਇਲਾਕੇ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ ਚੀਕ ਚਖਾਲਾ ਮੱਚ ਜਾਂਦਾ ਜਿਸ ਤੋਂ ਬਾਅਦ ਇੱਕ ਰਾਹਤ ਟੀਮ ਜੋ ਹੈ ਪਹੁੰਚਦੀ ਹੈ ਉਹਨਾਂ ਦੇ ਵੱਲੋਂ ਜਦ ਰਾਹਤ ਕਾਰਜ ਸ਼ੁਰੂ ਕੀਤਾ ਜਾਂਦਾ ਤਾਂ ਪਤਾ ਲੱਗਦਾ ਹੈ ਕਿ ਇਸ ਘਟਨਾ ਦੇ ਵਿਚਾਲੇ 6 ਲੋਕਾਂ ਦੀ ਦਰਦਨਾਕ ਮੌਤ ਹੋਈ ਹੈ।